ਅਸਲਾਮ ਵਾਲੇਕੁਮ ਸੱਜਣੋ ਅਤੇ ਮਿੱਤਰੋ, ਕੀ ਹਾਲ ਹੈ ਤੁਹਾਡਾ? ਠੀਕ ਠਾਕ ਹੋ? ਹੋਰ ਸੁਣਾਓ, ਸਭ ਖੈਰੀਅਤ ਹੈ? ਪਹਿਲਾ ਜਿਹੜਾ ਮੈਚ ਹੋਇਆ ਸੀ ਨਾ BYU ਦਾ, ਉਹ ਬਹੁਤ ਹੀ ਬੁਰਾ ਹੋਇਆ ਸੀ ਸਾਡੇ ਨਾਲ। ਸਾਨੂੰ RYS ਲੱਭ ਗਈ ਸੀ, ਅਸੀਂ ਛੋਟੇ ਜਿਹੇ ਪਲੇਅਰ ਸਾਂ। ਅਤੇ ਉਦੋਂ ਬਾਅਦ ਜਿਹੜਾ 2 ਮੈਚ ਹੋ ਰਿਹਾ, ਇਹ ਅਸੀਂ ਥੋੜ੍ਹੇ ਕੋਲ ਹੈਵੀ ਜਾ ਰਹੇ ਹਾਂ। ਅਗਲੀਆਂ ਟੀਮਾਂ ਵੀ ਹੈ ਨੇ, ਤਾਕਤਵਰ ਨੇ, ਲੇਕਿਨ ਫਿਰ ਵੀ ਆਪਾਂ ਥੋੜ੍ਹਾ ਬਹੁਤਾ ਨਾ ਠੀਕ ਚੱਲਦੇ ਹਾਂ ਪਏ। ਆਈ ਦੀ ਹੈ ਟੀਮ ਹੈ T46, 358 ਦੀ ਟੀਮ ਹੈਗੀ ਹੈ, ਇਹ ਆਪਣੀ ਟੀਮ ਹੈ। ਅਤੇ ਕੰਮ ਬਸ ਚੱਲਦਾ ਪਿਆ। ਇੱਧਰ ਅਸੀਂ ਜਾ ਰਹੇ ਹਾਂ, ਬਸ ਕੰਮ ਰਿੜਦਾ ਪਿਆ। ਹੋਰ ਤੁਸੀਂ ਸੁਣਾਓ, ਤੁਹਾਡਾ ਕਿਵੇਂ ਦਾ ਜਾ ਰਿਹਾ ਮੈਚ? ਸਹੀ ਚੱਲਦੇ ਜੇ ਪੇ? ਅਗਲੇ ਤਾਂ ਸਾਡੇ ਤਾਂ ਬਾਬਾ ਹੈਵੀ ਪੈ ਗਏ ਆ, ਲੇਕਿਨ ਆਪਣੇ ਪਲੇਅਰਾਂ ਦੀ ਥੋੜ੍ਹੀ ਨਾ ਰਿਸਰਚ ਅੱਛੀ ਆ, ਇਸ ਵਾਸਤੇ ਆਪਣਾ ਕੰਮ ਚੱਲਦਾ ਪਿਆ। ਹੀਰੋ ਵੀ ਹੈਗੇ ਆ, ਠੀਕ ਆ ਯਾਰ। ਮੌਸਮ ਬਹੁਤ ਖਰਾਬ ਹੈ ਯਾਰ, ਡੇਲੀ ਇੱਥੇ ਬਾਰਿਸ਼ ਹੋ ਰਹੀ, ਡੇਲੀ ਲਾਸਟ 1 ਮੰਥ ਤੋਂ। ਓਹੋ, ਜਮ ਸੀ ਕੋਨੀ ਜੱਟਾ, ਕੀ ਕਰੇਗਾ ਵੱਡਿਆਂ ਹੋ ਕੇ? ਵਾਪਸ ਆ, ਜਲਦੀ ਆ, ਜਲਦੀ ਆ, ਜਲਦੀ ਆ ਜਾ। ਵਾਹ ਜੀ ਵਾਹ, ਵਾਹ ਜੀ ਵਾਹ, ਕੰਮ ਤਾਂ ਪੈ ਗਏ। ਟੀਮ ਅਗਲੀ ਭਾਵੇਂ ਛੋਟੀ ਆ, ਲੇਕਿਨ ਕੰਮ ਉਹਨੇ ਪਾ ਦਿੱਤਾ ਵਾ। ਇੱਕ ਵਾਰੀ ਕਰਦੇ ਹਾਂ ਗੱਲ ਬੁਲਿਕ ਡੇ ਨੂੰ, ਬਾਅਦ 'ਚ ਬਾਅਦ ਦੀਆਂ ਵੇਖਾਂਗੇ। ਚੱਲ 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 ਜੱਟਾ ਚੱਲ। ਉਹ ਸੰਭਾਲ ਲਓ ਏ ਜਵਾਨੋ, ਸੰਭਾਲ ਲਓ, ਕਿਹੜੇ ਕੰਮੀ ਪੈ ਗਏ ਹੋ। ਵਾਹ ਗਾਲੋ, MI ਨਿੰਜਾ, ਬਲੂ ਗੇਮ, ਉਹ ਬਲੂ ਗੇਮ ਸ਼ਹਿਜ਼ਾਦਾ ਲੱਗਿਆ ਤੂੰ ਤਾਂ, S1 ਹੀਰੋ ਕੱਲ ਕੇ ਤੂੰ ਤਾਂ ਸਾਡਾ ਦਿਲ ਹੀ ਖੁਸ਼ ਕਰਤਾ। ਇੱਥੇ ਵੇਲਾ ਕੋਈ ਕੱਲ ਦੇ ਨਹੀਂ ਪਏ, ਕੋਈ ਫੌਜੀ ਨਹੀਂ ਕੱਲਦੇ ਪਏ, ਤੇ ਫਿਰ ਗਈ ਰਹੇ ਨਾ। ਨਹੀਂ 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 ਹਜੇ ਤੱਕ ਤਾਂ ਆਪਣੇ ਕੋਲ ਹੀ ਆ, ਅਤੇ ਮੌਲਾ ਜੱਟ ਓਏ, ਮੌਲਾ ਜੱਟ, ਮੌਲੇ ਨੇ ਮੌਲਾ ਨਾ ਮਾਰੇ ਤਾਂ ਮੌਲਾ ਨਹੀਂ ਮਾਰਦਾ। ਜ਼ੁਕਾਮ ਲੱਗਾ ਹੈ ਦੋਸਤੋ, ਇੰਟਰਨੈਟ ਨੂੰ ਕੀ ਹੋ ਗਿਆ? ਸਜਣਾ ਹੈ ਮੁਝੇ ਸਜਣਾ ਕੇ ਲੀਏ, ਨਾ ਬਾਈ ਹੁਣ ਨਹੀਂ, ਹੁਣ ਨਹੀਂ, ਹੁਣ ਨਹੀਂ ਹੋਇਆ। ਵੇਖ ਲੈ ਭੰਨੀ ਜਾਂਦੇ ਨਹੀਂ ਪਿੱਛੋਂ, ਫਰੋਏ ਫਰੋਏ ਨੂੰ ਤੇ। ਚੱਲ ਜੱਟਾ ਤੂੰ ਹੀ ਜਾ, ਵਿਹਲਾ ਹੀ ਬੈਠਾ ਇੱਥੇ, ਵੇ ਕੀ ਕਰਨਾ ਹੈ, ਕੰਮ ਹੀ ਕਰ ਲੈ। ਵਾਹ ਜੀ ਵਾਹ, ਰੇਂਜ ਚੁੱਕੀ ਗਈ, ਕਿੰਨਾ ਕੁ ਟਾਈਮ ਲੱਗ ਗਿਆ? ਬਸ ਆ ਗਏ, ਬਸ ਕੇ
ਪਹੁੰਚੀਏ ਪਹੁੰਚੀਏ ਮੋਲਿਆ ਪਹੁੰਚੀਏ, ਮੈਂ ਅਸਮਾਨ ਕਰ ਦਿੱਤੇ ਹਨ। ਓਕੇ, ਨੋ ਕਲੀਨ ਸੈਂਟਰ, ਫਾਸਟ ਬਾਏ ਗਾਈਸ। सजना है मुझे सजना के लिए, ਇਹ ਕਿਤੋਂ ਚੁੱਕ ਕੇ ਲੈ ਗਿਆ ਤੁਸੀਂ ਐਵੇਂ ਆ, ਆਹ ਜੀ ਪੈ ਗਿਆ ਭਾਈ ਸਾਨੂੰ ਤਾਂ। ਜੱਟ ਲੱਗਦਾ ਟਾਈਮ ਵਾ ਭਾਈ, ਲੱਗਦਾ ਸਭ ਅੱਗੇ ਹੋ ਜਾ, ਕੋਈ ਗੱਲ ਨਹੀਂ, ਟੈਲੀਪੋਰਟ ਆਪਣੇ ਕੋਲ ਵਾ ਵਾ ਵਾ, ਇੱਥੇ ਐਂਟਰ ਕਰ, ਪਹਿਲੀ ਲਾਈਨ ਨੂੰ ਬਣਾਉਂਦੇ ਬੁਲਟ, ਚੱਲ ਹੁਣ ਜਾਣਦੇ। ਪਹੁੰਚ ਗਈ ਗੱਲ, ਹੁਣ ਵੇਖੀ ਸੈਂਟਰ ਨੂੰ ਦੱਖ ਲਈਏ। ਅੱਛਾ ਆ ਗਿਆ, ਅੱਛਾ ਆ ਗਿਆ, ਸ਼ਹਿਜ਼ਾਦਾ ਲੱਗਿਆ, ਚੱਲ ਚੁੱਕਦੇ ਕੰਮ, ਕਿਉਂਕਿ ਅਸੀਂ ਤਾਂ ਥੋੜ੍ਹੇ ਕੁ ਹੈਗੇ ਹਾਂ ਨੋਰਮਲ, ਸਾਰੀ ਟੈਕਨੋਲੋਜੀ ਵੀ ਹੈ ਵਾ ਕੋਈ ਆਪਣੀ, ਫਿਰ ਵੀ ਨਾ ਅੱਜ ਆਪਣੇ ਮੁਕਾਬਲੇ 'ਚ ਕੋਈ ਨਹੀਂ ਹੈਗਾ। ਸ਼ਹਿਜ਼ਾਦਾ ਲੱਗਿਆ, ਆਪਾਂ ਲੇਟ ਹੋ ਗਏ ਥੋੜ੍ਹੇ ਕੁ ਜੰਮ ਦੇ ਚੱਕਰਾਂ 'ਚ। ਇਹ ਇੱਕ ਆਪਣਾ ਸ਼ਹਿਜ਼ਾਦਾ ਹੈਗਾ, ਇਹਦਾ ਸਿਰਫ ਇੱਕੋ ਹੀ ਕੰਮ ਹੈ, ਗੈਦਰਿੰਗ, ਬਸ ਓਨਲੀ ਗੈਦਰਿੰਗ। ਇਹ ਜੰਮਸ ਪਏ ਹੁੰਦੇ ਨੇ ਪਿੱਛੇ, ਆਪਣਾ ਫਿਰ ਚੁੱਕਿਆ ਗਿਆ, ਬਰ ਕੋਈ ਗੱਲ ਨਹੀਂ, ਆਪਣੇ ਪਲੇਅਰ ਪਹੁੰਚ ਗਏ ਹੁਣ ਅੱਗੇ। सजना है मुझे सजना के लिए, और चल नटी यार नहीं सही है, जट की करे थे वो व्हाट्स रॉन्ग विद हिम। और चल जा चल जा, फोर्ट्रेस से तू आ जा, तू ही आ जा कमांड सेंटर से, तू कहीं फोर्ट्रेस से यार, पता नहीं नेट की आ गया, अच्छा फोर्ट्रेस से आना हूँ ते, जट इन्हें जगह हैगा वा, ये तो मैं संभाल ही लाऊंगा आराम से, कुन्ना माफ़ी मुश्किल, पर कुल्लू मुश्किल इंटरनेट मुश्किल। चल गए, पिछला भी तोड़न लग पे ने, जाए जट जाए कुछ कर ले, जाके कुछ कर ले, जम्स फिर मौके आ, एंड टाइम तो जम्स फिर मौके आ, कोई गल नहीं। सजो सारी टीम का नाम है बीबो ते पारो, ठीक है मैं दो जी दो इंसान है ना, मैं लाइक करना, एक का नाम बीबो एक का नाम पारो है, इस वास्ते मैं अपनी टीम का नाम रखता बीबो एंड पारो, अगर T46 से पता नहीं लिखी लिखे, छोड़ो अपना जो भी लिखे आने साड़ी लीजन वापस आ गई, तो सही वेखो, चल जल्दी आ फिर उन्होंने।
ਚੱਲ ਜੱਟਾ ਜੱਟਾ, ਚੱਲ 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 ਜੱਟਾ, ਚੱਲ ਜੱਟਾ ਪਹੁੰਚ। ਕੀ ਹੋ ਗਿਆ ਤੈਨੂੰ ਗੱਬਰ? ਗੱਬਰ ਸੀ ਨਾਂ, ਚੇਂਜ ਕਰ ਲਿਆ ਉਹ। ਗੱਬਰ ਹੀ ਰੱਖਦਾ ਠੀਕ ਸੀ, ਗੱਲ ਨੂੰ ਸਾਦੇ ਸਾਰੇ ਸ਼ਹਿਜ਼ਾਦਾ ਲੱਗਿਆ ਤੁਹਾਡੇ। ਚਲੋ ਲੈ ਲੈ, ਕ੍ਰਿਸਟਲ ਮੁੱਕ ਗਏ ਉਹਨਾਂ ਦੇ, ਸਾਡੇ ਚੁੱਕਦੇ ਆ ਪਿਆ ਕੇ ਬੰਦੇ। ਉਹ ਵੀ 10 ਸਾਲ, ਅਸੀਂ ਵੀ 10 ਸਾਲ, 10 10 ਸਾਲ, ਲੇਕਿਨ ਅਸਾਂ ਤਾਂ ਇੱਕ ਆਪਣਾ ਪਰਮਾਨੈਂਟ ਰੱਖਤਾ। ਓ ਜ਼ਿਆਦੀ ਜ਼ਿਆਦੀ ਜੱਟ ਜ਼ਿਆਦੀ। ਜੱਟ ਜ਼ਿਆਦੀ ਲੈ ਗਏ ਆ ਸਾਡੀਆਂ ਫੌਜਾਂ ਕੱਢ ਕੇ, ਡਿਫੈਂਸ ਨਹੀਂ ਹੋਇਆ ਸਾਡੇ ਕੋਲ। ਅਜਾਏ ਜੱਟ, ਕੀ ਹਾਲ ਨਹੀਂ ਤੇਰਾ, ਕੀ ਗੱਲ ਬਣੀ? ਫੌਜੀ ਘੱਟ ਸਨ, ਕੋਈ ਗੱਲ ਨਹੀਂ ਜੱਟ, ਕੋਈ ਗੱਲ ਨਹੀਂ, ਸ਼ਹਿਜ਼ਾਦਿਆਂ ਲੱਗਿਆ ਤੂੰ ਚੁੱਕਦੇ ਹੁਣ ਤੇ, ਇੱਕ ਵਾਰ ਤਾਂ ਚੁੱਕਦੇ ਬਸ, ਜਾ ਰਾਜ਼ੀ ਹਾਂ ਤੇਰੇ ਤੋਂ। ਉਹ ਵਾਪਸ ਆ ਗਈ ਆ, ਡਿਫੈਂਸ ਨਹੀਂ ਹੋਇਆ ਵਾ, ਫਿਰ ਡਿਫੈਂਸ ਆਪਣਾ ਖਰਾਬ ਹੋ ਗਿਆ। ਆ ਜਾ ਵਾਪਸ ਫਿਰ, ਕੋਈ ਗੱਲ ਨਹੀਂ ਯਾਰ, ਇੱਕ ਦੋ ਹੀਰੋ ਬਸ ਮਿਸਿੰਗ ਆ, ਲੱਗਾ ਵਾ ਕਰਨ, ਬਸ ਹੋ ਜਾਣਗੇ। ਐਕਚੁਲੀ ਬਜਟ ਥੋੜ੍ਹਾ ਨਾ ਖਰਾਬ ਹੋ ਗਿਆ ਹੈ ਵਾ, ਲੱਗਾ ਵਾ ਅਲੈਗਜ਼ੈਂਡਰ ਨੇੜੇ ਥੋੜ੍ਹਾ ਕੁ ਰਹਿ ਗਿਆ ਵਾ, ਬਜਟ ਥੋੜ੍ਹਾ ਖਰਾਬ ਹੋ ਗਿਆ ਵਾ, ਇੱਕ ਦੋ ਸਕਿੰਨ ਨਹੀਂ ਹੈਗੀ। ਵੇਹ ਵੇਹ ਬਲੂ ਗੇਮ ਕਿਆ ਬੋਲ ਰਹਾ ਹੈ ਭਾਈ, ਥੋੜ੍ਹਾ ਆਪਣ ਬਿਜ਼ੀ ਹੈ ਤੇਰਾ, ਤੁਮੇ ਬਾਅਦ ਮੈਂ ਦੇਖੇਗਾ, ਤੁਮ ਹੀ ਤੇਰੀ ਬਤਾ ਦੇ ਜੋ ਬਤਾਨੇ ਕਾ ਹੈ। ਆਹ ਸੈਂਟਰ ਕਰਤਾ ਨੇ ਕਲੀਅਰ, ਸੈਂਟਰ ਹੋ ਗਿਆ ਕਲੀਅਰ, ਜਾਣੇ ਮਨ ਜਾਣੇ ਜਿਗਰ। ਉਮੀਦ ਤਾਂ ਹੈਗੀ ਇਸ ਟਾਈਮ ਵੀ ਯਾਰ, ਇੰਝ ਗੱਲ ਨਹੀਂ ਬਣਦੀ, ਲੱਗਦਾ ਮੈਨੂੰ ਉੱਤੇ ਜਾਣਾ ਪਏ ਸੀ। ਕਿਹੜੀ ਲੀਜਨ ਆ ਗਈ ਹੈ ਜਿਹੜੀ ਸਾਨੂੰ ਮਿੰਟ ਬਾਅਦ ਵੇਚ ਦਿੰਦੀ ਹੈ? ਜਾਂ ਸੰਡੇ ਆਟਾ ਦਿਨ ਤਾਂ ਮੈਂ ਸੰਡੇ ਆਟਾ ਲਗਾਈ ਹੈ, ਉਹ ਆ ਗਏ ਮੇਰੇ ਨਾਲ ਤਾਂ, ਇਕੱਲਾ ਸੀ ਹੁਣ ਅਸੀਂ ਦੋ ਹੋ ਗਏ ਹਾਂ। ਪਰ ਜੱਟਾ ਤੇਰਾ ਕੋਈ ਹਾਲ ਨਹੀਂ, ਕਿਹੜੀ ਲੀਜਨ ਸੀ ਅੱਗੇ ਵੇਖ ਸਾਂ ਇੱਕ ਵਾਰੀ ਤੇਰਾ। ਜਾ ਜੱਟਾ, ਬਿਸਤੀ ਕਰਵਾਈ ਕੀ ਫਾਇਦਾ ਤੇਰੇ 45 ਮਿਲੀਅਨ ਟੈਕਨੋਲੋਜੀ ਦਾ, ਫਾਇਦਾ ਕੀ ਤੇਰਾ ਦੱਸਦਾ। ਚਲੋ ਫਿਰ ਕੱਲੋ ਜੀ, ਇਹ ਹੀ ਸਾਨੂੰ ਸਿਰੋਂ ਲੈ ਗਿਆ, ਇਹਨੇ ਇਕੱਲੀ ਸੀ ਲੀਜਨ ਆਪਣੀ, ਇੱਕੋ ਹੀ ਇਕੱਲੀ ਸੀ। ਤਾਂ ਮੈਂ ਤੁਹਾਨੂੰ ਹਾਏ ਹੈਲੋ ਕਰਕੇ ਆਵਾਂ, ਸਿਸਟਮ 'ਚ ਕੀ ਆ ਗਿਆ? ਹੋ 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 ਸਿਸਟਮ 'ਚ ਆ ਗਏ ਨੇ।
ਓਹੋ ਯਾਰ, ਪਤਾ ਨਹੀਂ ਕੀ ਗੱਲ, ਇੰਟਰਨੈਟ ਨਹੀਂ ਠੀਕ ਚੱਲਦਾ ਸਮਟਾਈਮਸ, ਬੈਲ ਡਾਟੇ ਨਾਲ ਕਰਨਾ ਪੈ ਜਾਏ। 1 ਮਿੰਟ ਸਾਥੀਓ, ਮੈਂ ਬੈਲ ਡਾਟਾ ਆਨ ਕਰ ਲਾਂ ਜ਼ਰਾ, ਫਿਰ ਤੁਹਾਡੇ ਨਾਲ ਮਿਲ ਲਿਆ। ਓ ਜੀ, ਸਾਡੇ 'ਤੇ ਅਟੈਕ, ਵਾਹ ਏ ਸ਼ਹਿਜ਼ਾਦਾ ਲੱਗਾ। ਮੈਂ ਤਾਂ ਕਹਿੰਦਾ ਤੂੰ ਤਾਂ ਸਾਡਾ ਦਿਲ ਹੀ ਖੁਸ਼ ਕਰਦਾ, ਆਪਣਾ ਕੀ ਕਰਕੇ ਆਇਆ? ਵਾਹ ਕੀਤਾ ਹੋ, ਦਿਲ ਖੁਸ਼ ਕੀਤਾ ਹੋ, ਆਏ ਹੋਏ ਅਜਾ ਆਏ, ਸਾਰੇ ਪੈਸੇ ਪੂਰੇ ਕਰਾ ਦਿੱਤੇ ਨੇ ਅੱਗੋਂ, ਪੈਸੇ ਨਾਲ ਤਾਂ ਅਟੈਕ ਹੀ ਨਾ ਹੋ ਜਾਵੇ ਆਪਣੇ 'ਤੇ, ਸੋਲਜਰ ਹੀ ਮੁੱਕ ਗਿਆ। ਪੈਸੇ ਤਾਂ ਪੂਰੇ ਕਰਾ ਦਿੱਤੇ ਹੋ ਪਰ ਅੱਗੋਂ ਸੋਲਜਰ ਹੀ ਮੁੱਕ ਗਏ ਯਾਰ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਜੋ ਦਿਲ ਕਰਦਾ ਜੇ ਕਰੋ। ਹੁਣ ਹਾਂ ਸਭ ਕੁਛ ਹੈਂਡਲ ਕਰ ਲਿਆ, ਹੁਣ ਭਾਵੇਂ ਤੁਸੀਂ ਬਿਲਡਿੰਗਾਂ ਢਾਓ ਸਾਡੀਆਂ, ਭਾਵੇਂ ਤੁਸੀਂ ਸਾਨੂੰ ਢਾ ਦਿਓ, ਅਸਾਂ ਜੋ ਕਰਨਾ ਸੀ ਉਹ ਅਸਾਂ ਕਰ ਲਿਆ। ਮੁਸ਼ਕਿਲ, 2 ਲਾ ਦਿੰਦੇ ਹੁਣ ਅਸੀਂ, ਕੋਈ ਗੱਲ ਨਹੀਂ, ਬਜਟ ਹੈ ਆਪਣੇ ਕੋਲ, ਇਹਦਾ ਤਾਂ ਥੋੜ੍ਹਾ ਇਲਾਜ ਕਰ ਲਾਂ। ਇੰਨੇ ਦਿਨ ਨਾ ਪੁਆਇੰਟ ਹੀ ਬਣਾ ਲਈਏ ਥੋੜ੍ਹੇ ਬਹੁਤੇ, ਪਿਛਲੇ ਵੀਕ ਵੀ ਮੈਂ ਥੋੜ੍ਹਾ ਗੁੜ ਰਹਿ ਗਿਆ, ਪਰ ਇਸ ਵੀਕ ਮੇਰੀ ਸਲਾਹ ਹੈ ਮੈਂ ਥੋੜ੍ਹਾ ਗੁਣਾ ਮੋਲਿਆ ਹੋਇਆ ਕੀ ਕਰਵਾਤਾ ਜੀ। ਵੀ ਆਲ ਫਰੈਂਡਸ, ਲੱਗਦਾ ਬਲੂ ਗੇਮ ਬਣਾ ਕੇ ਪੁਆਇੰਟ ਟੁੱਟ ਗਿਆ। ਵੀ ਆਲ ਫਰੈਂਡ ਆ ਗਿਆ, ਮੈਂ ਰਹਿ ਗਿਆ, ਮੋਲਾ ਰਹਿ ਗਿਆ। ਮੁਸ਼ਕਲ, ਕੁੱਲੋ ਮੁਸ਼ਕਲ ਸੱਜੇ ਨਾ ਹੈ ਮੁਝੇ। ਮੋਲਾ ਜੱਟ ਜਲਦੀ ਪਾਣੀ ਭਰਾ, ਸਾਡੀ ਇੰਗਲਿਸ਼ ਇੰਜੀ ਜੇ ਫਿਰ ਨਾ ਆਖਿਆ ਜੇ। ਓਏ ਓਏ, ਕਿਤੇ ਚੱਲੇ ਨਹੀਂ ਲਿਜਣਾ ਜਾ, ਹੋਇਆ ਦੁੱਖੀ ਦਿੱਤਾ, ਅੱਜ ਨੂੰ ਵੀ ਦਿੱਤਾ ਜੇ। ਵਾਪਸ ਆਓ, ਵਾਪਸ ਆ ਜਾ ਹੁਣ। ਉਹ ਹੀ ਆਖਿਆ ਨੇ, ਜਿਹਨੂੰ ਵੀ ਦਿੱਤਾ ਦੁੱਖੀ ਦਿੱਤਾ ਜੇ। ਕੀ ਗੱਲ ਬਣੀ, ਤੂੰ ਵੀ ਠੀਕ ਸੈਂ, ਹੈ ਤਾਂ ਤੂੰ ਵੀ ਠੀਕ ਸੈਂ, ਬਹੁਤ ਤਬੀਅਤ ਨਾਜ਼ੁਕ ਹੋਈ ਆ। ਫਿਰ ਵੀ ਤੁਹਾਡੇ ਵਾਸਤੇ ਵੀਡੀਓ ਬਣਾ ਰਿਹਾ ਮੈਂ, ਤਾਂ ਥੋੜ੍ਹਾ ਤੁਹਾਨੂੰ ਇੰਟਰਟੇਨਮੈਂਟ ਕਰਦਾ ਹੀ ਹੈ। ਲਓ ਵੀ ਸੱਜਣੋ, ਇਕੱਲੀ ਨੇ ਤਾਂ ਕਰਾ ਗਈ ਚੈੱਸ, ਇਹਨੇ ਚੈੱਸ ਕਰਵਾਉਣੀ ਕਰਵਾਉਣੀ ਸੀ, ਕਿਉਂਕਿ ਇਹਨੂੰ ਮੈਂ ਹੀਰੋ ਇਕਵਿਪਮੈਂਟ ਲਾਈ ਆ ਪੂਰੀ ਰਿਲੀਜਨ ਨੂੰ, ਇਹਨੂੰ ਨਹੀਂ ਲਾਈ ਹੈਗੀ। ਇਹਦੇ 'ਚ ਸਕਿਨ 'ਤੇ ਖਰਚਾ ਕੀਤਾ ਸੀ ਪਰ ਇਹ ਪਿਛਲੇ ਟਾਈਮ ਬਹੁਤ ਚੱਲੀ ਰਿਲੀਜਨ, ਹੁਣ ਮੈਨੂੰ ਇਹਦੇ 'ਚ ਥੋੜ੍ਹਾ ਤੰਗ ਕਰਦੀ ਆ ਵੇ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਤੇਰਾ ਇਲਾਜ ਹੈ ਮੇਰੇ ਕੋਲ,
ਜ਼ਿਆਦਾ ਲੱਗਿਆ ਦਿਲ ਖੁਸ਼ ਕਰਤਾ ਜੇ। ਜਲਦੀ ਨਾਲ ਪੁਆਇੰਟ ਬਣਾਓ, ਮੈਂ ਇੱਕ ਦੋਸਤ ਦਾ ਅਕਾਊਂਟ ਹੈ ਉਹਦੇ 'ਤੇ ਪੁਆਇੰਟ ਬਣਾਉਣੇ ਆ। ਆ ਗਈ ਆ ਗਈ ਆ ਗਈ ਆ, ਬਣਾਓ ਪੁਆਇੰਟ ਸਾਰੇ। ਆ ਜਾ ਇੱਥੇ ਆ ਜਾ, ਤੂੰ ਕੌਣ ਹੈ? ਇੰਪੀਰੀਅਰ, ਵਾਓ ਇੰਪੀਰੀਅਰ ਬਫਾਂ 'ਤੇ ਮੈਨੂੰ ਮਾਰਨ ਦਾ ਮਜ਼ਾ ਹੀ ਬਹੁਤ ਹੁੰਦਾ ਨਾ। ਵੇਟ 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 ਵੇਟ, ਜੱਟਾ ਜੱਟੀ ਦਾ ਕਲਸ਼ ਤੂੰ ਮਾਰਦਾ ਹੈ। ਪਤਾ ਨਹੀਂ ਕੀ ਗਾਣਾ ਸੀ, ਕੋਈ ਗੱਲ ਨਹੀਂ ਕੋਈ ਗੱਲ ਨਹੀਂ, ਗਾਣੇ ਨੂੰ ਛੱਡ ਤੂੰ, ਇਹਦਾ ਥੋੜ੍ਹਾ ਗੁਸਾ ਮੈਨੂੰ ਨਾ ਸਿੱਧਾ ਪਤਾ ਕਰ ਲੈਣ ਦੇ। ਜੱਟਾ ਜੱਟੀ ਦਾ ਕਲਸ਼ ਤੂੰ ਮਾਰਦਾ ਹੈ। ਓਕੇ ਓਕੇ, ਜਰਾ ਇਹਨੂੰ ਡਿਸਟਰੋਏ ਕਰ ਦਿਓ। ਹਾਂ ਕਿਹੜੇ ਚੱਕਰਾਂ 'ਚ ਪੈ ਗਏ ਹੋ? ਸਾਰੇ ਅੱਲਾ ਦਾ ਸ਼ੁਕਰ ਹੈ, ਬਿਲਕੁਲ ਠੀਕ ਠਾਕ। ਇੱਕ ਦੋਸਤ ਦਾ ਕਾਸਟ ਲਾਇਆ, ਉਹਨੇ ਕਿਹਾ ਸੀ ਪੁਆਇੰਟ ਬਣਾ ਦੇ ਮੇਰੇ ਵੀ, ਮੈਂ ਉਹਨੂੰ ਬੈਕਅਪ 'ਚ ਰੱਖਿਆ ਸੀ। ਚਲੋ ਮੈਂ ਕਿਹਾ ਚਲੋ ਤੇਰੇ ਪੁਆਇੰਟ ਬਣਾ ਦੇਣਾ, ਲੇਕਿਨ ਮੈਨੂੰ ਨਹੀਂ ਸੀ ਪਤਾ ਹੈਗਾ ਇਸ ਗੱਲ ਦਾ ਕਿ ਇੱਥੇ ਸਿਰਫ ਪੁਆਇੰਟ 500 ਹੀ ਚਾਹੀਦਾ। ਮੈਨੂੰ ਲੱਗਾ 10K ਚਾਹੀਦੇ, ਇਸ ਵਾਸਤੇ ਮੈਂ ਬੜੀ ਜਦੋਜਹਿਦ ਕੀਤੀ। ਚਲੋ ਦੇਖੋ ਤੁਸੀਂ, ਵੈਸੇ ਇਹ ਮੈਚ 'ਤੇ ਜਿੱਤ ਗਏ ਈਜ਼ੀਲੀ।